कानूनी ढंग दे नाल हड़प कर ली। उस तो बाद जो साडे पिंड दे विच इह गल दा पता लग्या तां साडे पिंड दे विच आलम पत्ती वेलफेयर सोसाइटी बनी जिहदे विच नौजवान अहुदेदार नियुक्त किए गए। जदों उन्हां नौजवानां ने इहदे बारे सारी घोख पड़ताल की आवाज दबण दे लई उस तो बाद थोड़ा जिहा इक होर विस्तार हैगा सी इह जमीन दी असीं सरकारी मिनती करवाई बाकायदा मंजूरी लैके ते पुलिस प्रशासन नाल गया सी। जे जमीन दी ओह मंजूरी जाली सीगी तां असीं उस समय दे प्रशासन नूं कहिंदे आ कि तहसीलदार कानून बहुत रिकमेंड होके जिहड़ी मिनती होई सी भी ज्यादा ओह पटवारी ते कानून वास्ते भी परचा बनता सी भी तू गलत लोगों नूं गुमराह कीता है ते नाल जिहड़ा पुलिस प्रशासन गया सी उस समय उन्हां ते भी परचा बनता सी भी इह जमीन जायज है ते तुसीं गलत मिनती कर रहे हो। पर जदों मिनती तो बाद ओह जमीन साडे हिस्से दे विच आई सानू पता लग्या कि साडी जमीन दी मालकी है जिहड़ी इत्थों इत्थों तक हैगी। साडे सारे आलम पत्ती दे सारे घरां ने इकत्तर हो के ओह जमीन दी मिनती कराई सी बड़ी सहमती दे नाल ते पटवारी भी उस समय सहमत सी। ओहनू पता लग गया भी हां मिनती है जिहड़ी जायज होई है दस्तखत वगैरा कीते ने। पर उस तों बाद ओहने की कीता साडी आवाज नूं दबाउण दे मारे ने साडी जो कमेटी बनी हुई है ਉਹਨਾਂ ਦੇ ਉੱਪਰ ਪਰਚੇ ਦਰਜ ਕਰਵਾਤੇ ਚੋਰੀ ਦੇ। ਹਾਲਾਂਕਿ ਉਸ ਦਾ ਇੱਕ ਵੀ ਉੱਥੋਂ ਮੋਟਰ ਲੱਗੀ ਹੋਈ ਆ ਉਹਦੇ ਉੱਥੇ ਖੜੀ ਸੀ ਤੇ ਉਹਦੀ ਫਸਲ ਬੀਜੀ ਸੀ ਉਹਦਾ ਵੀ ਕੋਈ ਨੁਕਸਾਨ ਨਹੀਂ ਕੀਤਾ ਸਾਡੇ ਕਿਸੇ ਵੀ ਮੈਂਬਰ ਨੇ। ਸਗੋਂ ਉਹਨੇ ਆਵਾਜ਼ ਨੂੰ ਦੱਬਣ ਦੇ ਲਈ ਇਹ ਸਾਰੀ ਸਾਜ਼ਿਸ਼ ਰਚੀ ਕਿਉਂਕਿ ਕਰਮਚਾਰੀ ਉਹਦੇ ਵਿੱਚ ਹਿੱਸੇਦਾਰ ਸੀਗੇ। ਇਸ ਲਈ ਉਸਨੇ ਸਾਡੀ ਕਮੇਟੀ ਦੀ ਆਵਾਜ਼ ਨੂੰ ਦੱਬਣ ਦੇ ਵਾਸਤੇ ਕਮੇਟੀ ਦੇ ਉੱਪਰ 420 ਦੇ ਸੌਰੀ ਚੋਰੀ ਦੇ ਪਰਚੇ ਦਰਜ ਕਰਾਤੇ। ਉਸ ਤੋਂ ਬਾਅਦ ਫਿਰ ਜਿਹੜੀ ਮਿੰਤੀ ਦੌਰਾਨ ਸਾਡੀ ਕਮੇਟੀ ਨੂੰ ਜ਼ਮੀਨ ਨਿਕਲੀ ਸੀ ਉਹਦੇ ਵਿੱਚ ਨਰਮਾ ਸੀਗਾ। ਨਰਮਾ ਉਹ ਹਰਜੀਤ ਸਿੰਘ ਪਟਵਾਰੀ ਤੇ ਉਹਦੇ ਨਾਲ ਵਿੱਚ ਉਹਦਾ ਮੁੰਡਾ ਸ਼ਾਮਲ ਸੀ ਤੇ ਵਿੱਚੇ ਨਾਲ ਹੋਰ ਬੰਦੇ ਸ਼ਾਮਲ ਸੀਗੇ ਜੋ ਜਿਹੜੇ ਬੰਦੇ ਨੂੰ ਤਾਲਕੋਟ ਦੇ ਬੰਦੇ ਨੂੰ ਉਹਨਾਂ ਨੇ ਧੱਕੇ ਦੇ ਨਾਲ ਕਿਹਾ ਵੀ ਤੂੰ ਨਰਮਾ ਚੋਗਾ ਸੀ ਬੈਠਿਆ ਤੇ ਕੋਲੇ ਉਹਨਾਂ ਕੋਲੇ ਹਥਿਆਰ ਸੀ ਮਾਰੂ ਹਥਿਆਰ। ਅਸੀਂ ਉਹਨਾਂ ਤੋਂ ਡਰਨ ਦੇ ਮਾਰੇ ਵੀ ਉੱਥੇ ਕੋਈ ਤਕਰਾਰਬਾਜ਼ੀ ਹੋ ਗਈ ਤਾਂ ਜਾਨੀ ਮਾਲੀ ਨੁਕਸਾਨ ਨਾ ਹੋ ਜਾਏ ਅਸੀਂ ਪ੍ਰਸ਼ਾਸਨ ਦਾ ਸਹਾਰਾ ਲਿਆ। ਸਗੋਂ ਪ੍ਰਸ਼ਾਸਨ ਨੇ ਸਾਡੀ ਮਦਦ ਕਰਨ ਦੀ ਬਜਾਏ ਉਲਟਾ ਸਾਨੂੰ ਕਿਹਾ ਕਿ ਜਿਹੜੇ ਤੁਹਾਡੇ ਉੱਤੇ ਪਰਚੇ ਦਰਜ ਦੇ ਪਹਿਲਾਂ ਉਹਨਾਂ ਦੀ ਜ਼ਮਾਨਤ ਕਰਾਓ। ਹਾਲਾਂਕਿ ਨਾ ਸਾਥੋਂ ਕੋਈ ਚੀਜ਼ ਵਸੂਲ ਹੋਈ ਸੀ ਨਾ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਜ਼ਮਾਨਤ ਅਸੀਂ ਕਿਸ ਚੀਜ਼ ਦੀ ਕਰਾਈਏ। ਇਸ ਲਈ ਸਾਡੀ ਆਵਾਜ਼ ਨੂੰ ਇਹ ਦੱਬਣਾ ਚਾਹੁੰਦੇ ਸੀ। ਪਰ ਅਸੀਂ ਉਸ ਤੋਂ ਬਾਅਦ ਸਿੱਧੂ ਪਰ ਜਥੇਬੰਦੀ ਦੇ ਨਾਲ ਕੰਟੈਕਟ ਕੀਤਾ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਜਦੋਂ ਸਾਡੀ ਕੋਈ ਸੁਣਵਾਈ ਨਾ ਹੋਈ ਤਾਂ ਸਾਡੇ ਜ਼ਿਲ੍ਹੇ ਦੇ ਜਨਰਲ ਸਕੱਤਰ ਤੇ ਜ਼ਿਲ੍ਹੇ ਦੇ ਪ੍ਰਧਾਨ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਸਾਡੀ ਬਾਂਹ ਫੜੀ ਅਤੇ ਕਿਹਾ ਵੀ ਅਸੀਂ ਤੁਹਾਡੀ ਹਰ ਪੱਖੋਂ ਮਦਦ ਕਰਾਂਗੇ ਅਤੇ ਜਿਹੜੇ ਤੁਹਾਡੇ ਤੇ ਝੂਠੇ ਪਰਚੇ ਦਰਜ ਹੋਏ ਨੇ ਉਹ ਵੀ ਰੱਦ ਕਰਾ ਕੇ ਹਟਾਂਗੇ ਅਤੇ ਜੋ ਉਹਨਾਂ ਦੇ ਉੱਤੇ ਚੋਰੀ ਦਾ ਪਰਚਾ ਬਣਦਾ ਨਰਮਾ ਚੁਗੇ ਦਾ ਉਹ ਪਰਚਾ ਦਰਜ ਕਰਵਾ ਕੇ ਰਹਾਂਗੇ। ਇੰਨਾ ਕੁਝ ਬੋਲਦਾ ਹੋਇਆ ਖੇਮਾ ਦਾ ਯਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।